ਲਾਇਬ੍ਰੇਰੀ ਦੇ ਨਾਲ ਜੁੜੇ ਰਹੋ ਅਤੇ ਵੱਧ ਤੋਂ ਵੱਧ ਇਹ ਹੋ ਸਕਦਾ ਹੈ ਕਿ ਉਸਦੀ ਸਪਲਾਈ ਬੰਦ ਹੋ ਸਕਦੀ ਹੈ, ਔਰ ਅੱਜ ਇਸ ਯੁੱਗ ਦੇ ਵਿੱਚ ਗੈਸ ਹੈ ਜ਼ਰੂਰੀ ਅੰਗ ਹੈ, ਅਤੇ ਇਸ ਤੋਂ ਬਿਨਾਂ ਜਿਹੜੇ ਬੀਬੀਆਂ ਹੈ ਉਹ ਗੈਸ ਵਰਤਦੀਆਂ ਹੈ, ਗੈਸ ਵਰਤਣੀ ਜ਼ਰੂਰੀ ਹੈ, ਇਸ ਕਰਕੇ ਇਹ ਇਹਨਾਂ ਨੂੰ ਇੱਕ ਤਰੀਕਾ ਅਪਣਾਉਣਾ ਚਾਹੀਦਾ ਹੈ ਔਰ ਆਪਦੇ ਕਾਗਜ਼ ਪੱਤਰ ਦੇਣੇ ਚਾਹੀਦੇ ਏਜੰਸੀਆਂ ਨੂੰ, ਨਹੀਂ ਤਾਂ ਤੰਗੀ ਆਵੇਗੀ। ਨਮਸਕਾਰ ਜੀ, ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਅਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ। ਇਹ ਖਬਰ ਉਹਨਾਂ ਲਈ ਆ ਜਿਹੜੇ ਸਿਲੰਡਰ ਵਰਤਦੇ ਆ, ਯਾਨੀ ਸਿਲੰਡਰਾਂ ਦੇ ਖਪਤਕਾਰ ਆ, ਗੈਸ ਦੇ ਖਪਤਕਾਰ ਆ। 30 ਜੂਨ ਤੱਕ ਇੰਡੀਅਨ ਆਇਲ ਸਮੇਤ ਬਾਕੀ ਕੰਪਨੀਆਂ ਨੇ, ਤਰੀਕ ਮਿਥੀ ਗਈ ਆ, KYC ਕੀਤੀ ਜਾ ਰਹੀ ਆ ਕਨੈਕਸ਼ਨਾਂ ਦੀ, ਤਾਂ ਕਿ ਬਲੈਕ ਮਾਰਕੀਟਿੰਗ ਆ ਜਿਹੜੀ ਗੈਸ ਦੀ ਰੋਕੀ ਸਕੇ, ਅਤੇ ਇਹ ਪਤਾ ਕੀਤਾ ਜਾ ਸਕੇ ਕਿ ਕਿੰਨੇ ਕੁ ਖਪਤਕਾਰ ਆ ਉਹ ਜਾਇਜ਼ ਆ ਅਤੇ ਕਿੰਨਿਆਂ ਕੁ ਨੂੰ ਨਜਾਇਜ਼ ਕੋਈ ਸਪਲਾਈ ਕਰ ਰਿਹਾ। ਇਹ ਸਾਰੇ ਕਾਸੇ ਲਈ 30 ਜੂਨ ਮਿਥੀ ਗਈ ਆ, ਅਤੇ ਜੇ 30 ਜੂਨ ਤੱਕ ਕਿਸੇ ਵੀ ਖਪਤਕਾਰ ਨੇ ਆਪਣੇ ਮੋਬਾਈਲ ਦਾ ਨੰਬਰ ਅਪਡੇਟ ਨਾ ਕਰਾਇਆ ਜਾਂ KYC ਜਾ ਕੇ ਮੌਕੇ 'ਤੇ ਨਹੀਂ ਕਰਵਾਈ, ਤਾਂ 30 ਜੂਨ ਤੋਂ ਬਾਅਦ ਇੱਕ ਵੱਡਾ ਫੈਸਲਾ ਹੋਣ ਵਾਲਾ, ਤੁਹਾਡਾ ਘਰ ਆ ਰਿਹਾ ਗੈਸ ਦਾ ਸਿਲੰਡਰ ਜਾਂ ਤੁਹਾਨੂੰ ਮਿਲ ਰਿਹਾ ਗੈਸ ਦਾ ਸਿਲੰਡਰ ਬੰਦ ਹੋ ਜਾਵੇਗਾ। ਕੀ ਆ ਸਾਰੀ ਖਬਰ, ਆਓ ਸੁਣਦੇ ਹਾਂ ਗੁਰਿੰਦਰਾ ਗੈਸ ਏਜੰਸੀ ਦੇ ਮਾਲਕ ਗੁਰਿੰਦਰ ਸਿੰਘ ਬਾਵਾ ਦੀ ਜ਼ੁਬਾਨੀ। ਇੰਡੀਅਨ ਆਇਲ ਅਤੇ ਹੋਰ ਅਦਰ ਕੰਪਨੀਜ਼ ਜਿਹੜੀਆਂ ਕਿ ਅਸੀਂ ਗੈਸ ਸਪਲਾਈ ਕਰਦੇ ਹਾਂ, ਉਸ ਨੂੰ ਠੀਕ ਤਰੀਕੇ ਨਾਲ ਵੰਡ ਪ੍ਰਣਾਲੀ ਠੀਕ ਕਰਨ ਲਈ ਜੈਨੂਅਨ ਕਸਟਮਰ ਨੂੰ ਗੈਸ ਪਹੁੰਚਣ ਤੱਕ ਕੰਪਨੀ ਨੇ ਫੈਸਲਾ ਕੀਤਾ ਕਿ ਹਰ ਜਿਹੜਾ ਕੰਜ਼ਿਊਮਰ ਹੈ ਉਹਦੀ ਪੜਤਾਲ ਕੀਤੀ ਜਾਵੇ, ਉਸਦਾ ਮੋਬਾਈਲ ਨੰਬਰ, ਲੇਟੈਸਟ ਜਿਹੜਾ ਮੋਬਾਈਲ ਨੰਬਰ ਵਰਤਦੇ ਹੈ ਉਹ ਫੀਡ ਕੀਤਾ ਜਾਵੇ, ਅਤੇ EKYC ਜਿਸ ਨਾਲ ਇਹ ਹੋਵੇਗਾ ਕਿ ਮੌਜੂਦਾ ਐਡਰੈਸ ਔਰ ਜਿਹੜਾ ਸਾਡਾ ਕਸਟਮਰ ਹੈ ਉਸਦਾ ਇਹ ਕਨਫਰਮ ਹੋ ਜੂਗਾ ਕਿ ਇਹ ਜਿੰਦਾ ਹੈ ਔਰ ਜੈਨੂਅਨ ਹੈ। ਇਸ ਨਾਲ ਸਪਲਾਈ 'ਚ ਵੀ ਠੀਕ ਆਵੇਗਾ, ਅਤੇ ਜਿਹੜੇ ਜੈਨੂਅਨ ਕਸਟਮਰ ਹੈ ਉਹਨਾਂ ਨੂੰ ਸਬਸਿਡੀ ਵੀ ਮਿਲੂਗੀ, ਔਰ ਜੋ ਗਲਤ ਬੰਦਿਆਂ ਕੋਲ ਗਲਤ ਕਾਪੀਆਂ ਬਣਾਈਆਂ ਵੀ ਹੈ ਉਸ ਤੋਂ ਛੁਟਕਾਰਾ ਮਿਲੂਗਾ। ਇਸ ਨਾਲ ਗੈਸ ਸਹੀ ਲੋਕਾਂ ਨੂੰ ਮਿਲੂਗੀ, ਔਰ ਮੇਰੀ ਇਹ ਰਿਕੁਐਸਟ ਹੈ ਕਿ ਜਿਸ ਗੈਸ ਏਜੰਸੀ ਦੇ ਵਿੱਚ ਵੀ ਜਿਸ ਕੰਜ਼ਿਊਮਰ ਦਾ ਕਨੈਕਸ਼ਨ ਹੈ ਉੱਥੇ ਆਪਣਾ ਆਧਾਰ ਕਾਰਡ, ਮੋਬਾਈਲ ਨੰਬਰ, ਅਤੇ ਆਪ ਉੱਥੇ ਹਾਜ਼ਰ ਹੋ ਕੇ ਜੋ ਡਿਜੀਟਲ ਅੰਗੂਠਾ ਲਾਉਣਾ ਹੈ ਜਾਂ ਅੱਖਾਂ ਦਾ ਅੱਖਾਂ ਨਾਲ ਚੈੱਕ ਕਰਨਗੇ ਉਹ ਕਰਵਾ ਕੇ ਆਉਣ। ਇਹ ਸਾਰੀ ਕਾਰਵਾਈ ਕਰਨ ਲਈ 30 ਜੂਨ ਤੱਕ ਦਾ ਸਮਾਂ ਦਿੱਤਾ ਗਿਆ, ਔਰ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਆਪਣੀ ਆਪਣੀ ਗੈਸ ਏਜੰਸੀ ਵਿੱਚ ਜਾ ਕੇ ਆਪਣਾ ਆਧਾਰ ਕਾਰਡ, ਮੋਬਾਈਲ ਨੰਬਰ, ਅਤੇ ਜਿਸ ਖਪਤਕਾਰ ਦੇ ਨਾਂ 'ਤੇ ਗੈਸ ਹੈਗੀ ਹੈ ਉਹ ਗੈਸ ਕਾਪੀ, ਅਤੇ ਆਪ ਖਪਤਕਾਰ ਗੈਸ ਏਜੰਸੀ ਪਹੁੰਚੇ ਅਤੇ ਆਪਣੇ ਡਿਜੀਟਲ ਔਰ EKYC ਕੰਪਲੀਟ ਕਰਾਵੇ। ਇਹਦੇ ਨਾਲ ਜਿਹੜੀ ਬਲੈਕ ਹੁੰਦੀ ਆ ਗੈਸ ਦੀ, ਕਿੰਨੀ ਕੁ ਰੁਕਣ ਦਾ ਲੱਗਦਾ? ਇਹਦੇ ਨਾਲ ਜੀ ਬਲੈਕ ਬਿਲਕੁਲ ਬੰਦ ਹੋ ਜੂਗੀ, ਕਿਉਂਕਿ ਜਦੋਂ ਕਸਟਮਰ ਨੂੰ ਅਸਲੀ ਕਸਟਮਰ ਦਾ ਪਹਿਚਾਣ ਹੋ ਜੂਗੀ ਤਾਂ ਸਾਡੇ ਕੋਲ ਗੈਸ ਹੀ ਉਨੀ ਆਵੇਗੀ ਕਿ ਅਸੀਂ ਆਪਣੇ ਕਸਟਮਰ ਨੂੰ ਦੇ ਸਕਾਂਗੇ। ਜਦੋਂ ਕਸਟਮਰ ਦਾ ਮੋਬਾਈਲ ਨੰਬਰ ਅਪਡੇਟ ਹੋ ਗਿਆ ਤਾਂ ਉਹ ਮੋਬਾਈਲ 'ਤੇ ਹੀ ਬੁਕਿੰਗ ਕਰਾਊਗਾ, ਮਿਸ ਕਾਲ ਰਾਹੀਂ ਜਾਂ SMS ਰਾਹੀਂ, ਤਾਂ ਉਹਦੀ ਜਿਹੜੀ ਬੁਕਿੰਗ ਹੋਊਗੀ ਓਰੀਜਨਲ, ਜਦੋਂ ਉਹਦੀ ਓਰੀਜਨਲ ਬੁਕਿੰਗ ਹੋ ਜੂ
ਅਸੀਂ ਵੀ ਬਾਉਂਡ ਹੋ ਜਾਵਾਂਗੇ ਉਹਨੂੰ ਗੈਸ ਭੇਜਣ ਦੀ। ਜਦੋਂ ਗੈਸ ਦੀ ਸਪਲਾਈ ਉਹਦੇ ਘਰੇ ਚਲੀ ਜਾਂਦੀ ਹੈ, ਉਸ 'ਤੇ DAC ਨੰਬਰ ਆਉਂਦਾ, ਉਹ ਫਿਰ DAC ਨੰਬਰ ਸਾਨੂੰ ਦੱਸੇਗਾ, ਅਸੀਂ ਉਹ DAC ਨੰਬਰ ਉਹਦੇ ਰਿਕਾਰਡ ਵਿੱਚ ਫੀਡ ਕਰਾਂਗੇ, ਅਤੇ ਸਰਕਾਰ ਉਹਨਾਂ ਨੂੰ ਸਰਕਾਰ ਨੂੰ ਅਤੇ ਕੰਪਨੀ ਨੂੰ ਵੀ ਪਤਾ ਲੱਗ ਜੂ ਕਿ ਸਹੀ ਬੰਦੇ ਕੋਲ ਗੈਸ ਸਪਲਾਈ ਹੋਈ ਹੈ ਅਤੇ ਉਸਦੀ ਸਬਸਿਡੀ ਉਹਨੂੰ ਮਿਲੂਗੀ। ਜੇ ਮਿਲੇ ਸਮੇਂ 'ਤੇ ਕੋਈ ਨਹੀਂ ਕਰਾਉਂਦਾ ਤਾਂ ਕਿਸ ਤਰ੍ਹਾਂ ਦਾ ਐਕਸ਼ਨ ਹੋਣ ਵਾਲਾ ਲੱਗਦਾ? ਇਹ ਜੋ ਸਾਨੂੰ ਹੁਣ ਤੱਕ ਪਤਾ ਲੱਗਿਆ ਕਿ 30 ਜੂਨ ਤੱਕ ਦਾ ਸਮਾਂ ਦਿੱਤਾ, ਔਰ ਦੇਖੋ ਇਹਦੇ 'ਚ ਸਰਕਾਰ ਕੀ ਕਰਦੀ ਹੈ। ਵੱਧ ਤੋਂ ਵੱਧ ਇਹ ਹੋ ਸਕਦਾ ਕਿ ਉਸਦੀ ਸਪਲਾਈ ਬੰਦ ਹੋ ਸਕਦੀ ਹੈ, ਔਰ ਅੱਜ ਇਸ ਯੁੱਗ ਦੇ ਵਿੱਚ ਗੈਸ ਹੈ ਜ਼ਰੂਰੀ ਅੰਗ ਹੈ, ਅਤੇ ਇਸ ਤੋਂ ਬਿਨਾਂ ਜਿਹੜੇ ਬੀਬੀਆਂ ਹੈ ਉਹ ਗੈਸ ਵਰਤਦੀਆਂ, ਗੈਸ ਵਰਤਣੀ ਜ਼ਰੂਰੀ ਹੈ, ਇਸ ਕਰਕੇ ਇਹ ਇਹਨਾਂ ਨੂੰ ਇੱਕ ਤਰੀਕਾ ਅਪਣਾਉਣਾ ਚਾਹੀਦਾ ਔਰ ਆਪਦੇ ਕਾਗਜ਼ ਪੱਤਰ ਦੇਣੇ ਚਾਹੀਦੇ ਏਜੰਸੀਆਂ ਨੂੰ, ਨਹੀਂ ਤਾਂ ਤੰਗੀ ਆਵੇਗੀ। ਵੱਧ ਤੋਂ ਵੱਧ ਇਹ ਹੋ ਸਕਦਾ